ਬਹੁਤ ਹੀ ਪਿਆਰੇ ਬੱਚਿਓ ਆਓ ਅੱਜ ਆਪਾਂ ਪਾਠ ਪੜ੍ਹੀਏ ਕਬੀਰ ਜੀ ਕਬੀਰ ਜੀ ਦਾ ਜਨਮ 15ਵੀਂ ਸਦੀ ਵਿੱਚ ਹੋਇਆ ਆਪ ਦੇ ਮਾਤਾ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਇਹ ਉਹ ਸਮਾਂ ਸੀ ਜਦੋਂ ਜਾਤ ਪਾਤ ਵਿੱਚ ਵਿਸ਼ਵਾਸ ਕੀਤਾ ਜਾਂਦਾ ਸੀ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ ਇਨਾਂ ਨੂੰ ਪੜ੍ਹਾਈ ਲਿਖਾਈ ਨਹੀਂ ਸੀ ਕਰਨ ਦਿੱਤੀ ਜਾਂਦੀ ਨਾ ਹੀ ਕੋਈ ਇਹਨਾਂ ਨੂੰ ਸਿੱਖਿਆ ਦੇਣ ਲਈ ਤਿਆਰ ਸੀ ਕਬੀਰ ਜੀ ਜਦੋਂ ਵੱਡੇ ਹੋਏ ਤਾਂ ਉਹਨਾਂ ਦੇ ਮਨ ਵਿੱਚ ਗਿਆਨ ਪ੍ਰਾਪਤ ਕਰਨ ਦੀ ਲਾਲਸਾ ਜਾਗੀ ਪਰ ਕੋਈ ਵਿਦਵਾਨ ਉਹਨਾਂ ਦਾ ਗੁਰੂ ਬਣਨ ਲਈ ਤਿਆਰ ਨਹੀਂ ਸੀ ਕਿਉਂਕਿ ਕਬੀਰ ਜੀ ਦੀ ਜਾਤ ਨੀਵੀਂ ਸਮਝੀ ਜਾਂਦੀ ਸੀ ਉਹਨਾਂ ਦਿਨਾਂ ਵਿੱਚ ਕਾਸ਼ੀ ਵਿੱਚ ਪੰਡਤ ਰਾਮਾਨੰਦ ਜੀ ਬੜੇ ਵੱਡੇ ਵਿਦਵਾਨ ਸਨ ਉਹ ਜਾਤ ਪਾਤ ਨੂੰ ਖਤਮ ਕਰਨ ਦਾ ਵੀ ਪ੍ਰਚਾਰ ਕਰਦੇ ਸਨ ਜਦੋਂ ਕਬੀਰ ਜੀ ਨੇ ਉਹਨਾਂ ਕੋਲੋਂ ਸਿੱਖਿਆ ਲੈਣੀ ਚਾਹੀ ਤਾਂ ਉਹ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਅਖੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਹੋਰ ਅਨੋਖਾ ਲਾਂ ਲੱਭਿਆ ਕਬੀਰ ਜੀ ਨੂੰ ਪਤਾ ਸੀ ਕਿ ਰਾਮਾਨੰਦ ਜੀ ਰੋਜ਼ ਸਵੇਰੇ ਗੰਗਾ ਵਿੱਚ ਇਸ਼ਨਾਨ ਕਰਨ ਆਉਂਦੇ ਹਨ ਇੱਕ ਦਿਨ ਉਹ ਸਵੇਰੇ ਮੂਹ ਹਨੇਰੇ ਹੀ ਰਾਮਾਨੰਦ ਜੀ ਦੇ ਰਾਹ ਵਿੱਚ ਆ ਕੇ लेट ਗਏ ਰਾਮਾਨੰਦ ਜੀ ਜਦੋਂ ਉਸ ਥਾਂ ਪੁੱਜੇ ਤਾਂ ਉਹਨਾਂ ਨੇ ਕਬੀਰ ਜੀ ਨੂੰ ਬਿਨਾਂ ਪਛਾਣੇ ਹੀ ਕਿਹਾ ਉਠ ਭਾਈ RAM ਆਖੋ ਰਾਮਾਨੰਦ ਜੀ ਇੱਕ ਕਹੀ ਕੇ ਗੰਗਾ ਵੱਲ ਚਲੇ ਗਏ ਤੇ ਕਬੀਰ ਜੀ ਘਰ ਨੂੰ ਆ ਗਏ ਇਸ ਤੋਂ ਬਾਅਦ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਾਗਿਰਦ ਕਹਿਣਾ ਸ਼ੁਰੂ ਕਰ ਦਿੱਤਾ ਜਦੋਂ ਰਾਮਾਨੰਦ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਕਬੀਰ ਜੀ ਨੂੰ ਬੁਲਾਇਆ ਤੇ ਪੁੱਛਿਆ ਕਿ ਉਹਨਾਂ ਪਾਸੋਂ ਕਤੋਂ ਗਿਆਨ ਪ੍ਰਾਪਤ ਕੀਤਾ ਹੈ ਕਬੀਰ ਜੀ ਨੇ ਉਸ ਦਿਨ ਰਾਹ ਵਿੱਚ ਲੇਟਣ ਵਾਲੀ ਸਾਰੀ ਘਟਨਾ ਸੁਣਾਈ ਰਾਮਾਨੰਦ ਜੀ ਕਬੀਰ ਜੀ ਦੀ ਲਗਨ ਤੇ ਸ਼ਰਦਾ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਆਪ ਹੀ ਕਬੀਰ ਜੀ ਨੂੰ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਬੀਰ ਜੀ ਆਪ ਸਾਰੀ ਉਮਰ ਆਪਣੇ ਹੱਥੀ ਕਿਰਤ ਕਰਦੇ ਰਹੇ ਆਪਨੇ ਹਮੇਸ਼ਾ ਹੀ ਨੇਕੀ ਕਰਨ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਕਬੀਰ ਜੀ ਨੇ ਲਿਖਿਆ ਹੈ ਹੱਥ ਪਾਓ ਕਰ ਕਾਮ ਸਭ ਚੀਤ ਨਿਰੰજન ਨਾਲ ਅਰਥਾਤ ਹੱਥਾਂ ਪੈਰਾਂ ਨਾਲ ਕਿਰਤ ਕਰਨੀ ਚਾਹੀਦੀ ਹੈ ਆਪਣਾ ਮਨ ਰੱਬ ਨਾਲ ਜੋੜਨਾ ਚਾਹੀਦਾ ਹੈ ਆਪ ਸਚਾਈ ਦੇ ਰਸਤੇ ਤੇ ਚੱਲਣ ਲਈ ਆਪਣੀ ਜਾਨ ਤੱਕ ਵਾਰ ਦੇਣ ਦਾ ਉਪਦੇਸ਼ ਦਿੰਦੇ ਹਨ ਆਪ ਅਨੁਸਾਰ ਚੰਗੇ ਅਸੂਲਾਂ ਤੇ ਦ੍ਰਿੜ ਰਹਿਣ ਵਾਲਾ ਆਦਮੀ ਹੀ ਅਸਲੀ ਸੂਰਮਾ ਹੈ ਗਗਨ ਦਮਾ ਮਾ ਵਾਜਿਓ ਪਰਿਓ ਨਿਸਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਣਕਾ ਤਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਪੁਰਜਾ ਪੁਰਜਾ ਕਟਮਰੇ ਕਬੂ ਨਾ ਛਾਡੇ ਖੇਤ ਉਦੋਂ ਕਾਸ਼ੀ ਵਿੱਚ ਇਹ ਪ੍ਰਚਾਰ ਆਮ ਸੀ ਜਿਸ ਦਾ ਦਿਹਾਂਤ ਕਾਸ਼ੀ ਵਿੱਚ ਹੋਵੇਗਾ ਉਹ ਸੁਰਗ ਨੂੰ ਜਾਏਗਾ ਕਾਸ਼ੀ ਦੇ ਨੇੜੇ ਇੱਕ ਮਗਰਨਾ ਦੇ ਥਾਂ ਤੇ ਮਰਨ ਵਾਲੇ ਨੂੰ ਨਰਕ ਭੋਗਣਾ ਪਵੇਗਾ ਭਾਵ ਉਹ ਨਰਕ ਨੂੰ ਜਾਣ ਕੇ ਭਗਤ ਕਬੀਰ ਜੀ ਸਾਰੀ ਧਰਤੀ ਨੂੰ ਇੱਕੋ ਜਿਹੀ ਸਮਝਦੇ ਸਨ ਇਸ ਲਈ ਆਪ ਬਡੇਰੀ ਉਮਰ ਵਿੱਚ ਮਹਕਰ ਵਿਖੇ ਪੁੱਜ ਗਏ ਆਪ ਦਾ ਦਿਹਾਂਤ ਇੱਥੇ ਹੀ ਹੋਇਆ ਇਨ੍ਹਾਂ ਦਿਨਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਕਬੀਰ ਜੀ ਨੂੰ ਪਿਆਰ ਕਰਦੇ ਸਨ ਇੱਥੋਂ ਤੱਕ ਕਿ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਮੁਸਲਮਾਨ ਦਫਨਾਉਣਾ ਚਾਹੁੰਦੇ ਸਨ ਅਤੇ ਹਿੰਦੂ ਅਗਨੀ ਪੇਟਾ ਕਰਨਾ ਚਾਹੁੰਦੇ ਸਨ ਪਰਪੰਗਤ ਕਬੀਰ ਜੀ ਤਾਂ ਜਾਤ ਪਾਤ ਨੂੰ ਖਤਮ ਕਰ ਚੁੱਕੇ ਸਨ ਇਸ ਲਈ ਲੋਕਾਂ ਨੂੰ ਉਹਨਾਂ ਦਾ ਇਹ ਉਪਦੇਸ਼ ਸੀ ਜਾਤ ਪਾਤ ਨਾ ਪੁੱਛੇ ਕੋਏ ਹਰ ਕੋ ਭਜੈ ਸੋ ਹਰ ਕਾ ਹੋਏ ਕਬੀਰ ਜੀ ਦਾ ਕਥਨ ਹੈ ਕਿ ਜਾਤ ਪਾਤ ਨਾਲ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ ਹੈ ਜੋ ਵਿਅਕਤੀ ਪਰਮਾਤਮਾ ਦਾ ਨਾਮ ਲੈਂਦਾ ਹੈ ਉਹ ਸਭ ਤੋਂ ਉੱਪਰ ਹੈ। ਪੰਕਤ ਕਬੀਰ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਮਨੁੱਖੀ ਜੀਵਨ ਦੀ ਰਹਿਨੁਮਾਈ ਕਰਦੀਆਂ ਹਨ। ਸੋ ਬੱਚਿਓ ਆਪਾਂ ਨੂੰ ਵੀ ਇਹੋ ਜੇ ਇਨਸਾਨ ਬਣਨਾ ਚਾਹੀਦਾ ਹੈ। ਜਾਤਾਂ ਪਾਤਾਂ ਵੱਲ ਬਿਲਕੁਲ ਵੀ ਖਿਆਲ ਨਹੀਂ ਕਰਨਾ ਚਾਹੀਦਾ। ਕਿਉਂਕਿ ਇਹ ਇੱਕ ਵਿਅਰਥ ਵਿਚਾਰ ਹਨ ਜੋ ਇਨਸਾਨ ਨੂੰ ਘੁੰਮਣ ਘੇਰੀਆਂ ਵਿੱਚ ਪਾਈ ਰੱਖਦੇ ਹਨ। ਸੋ ਅਪਾ ਨੂੰ ਮਨੁੱਖਤਾ ਨੂੰ ਸਭ ਤੋਂ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਉਹੀ ਖੂਨ ਹੈ ਉਹੀ ਬਣਤਰ ਹੈ ਉਹੀ ਦਿਲ ਹੈ ਉਹੀ ਦਿਮਾਗ ਹੈ ਤੇ ਜਾਤਾਂ ਪਾਤਾਂ ਸਿਰਫ ਇਨਸਾਨ ਨੇ ਬਣਾਈਆਂ ਹਨ ਮਨੁੱਖ ਮਨੁੱਖ ਹੈ ਅਗਰ ਆਪਾਂ ਸਭ ਨੂੰ ਮਨੁੱਖਤਾ ਦੀ ਨਜ਼ਰ ਨਾਲ ਵੇਖਾਂਗੇ ਤਾਂ ਆਪਾਂ ਜਾਤ ਪਾਤ ਨੂੰ ਕਦੀ ਨਹੀਂ ਮੰਨਾਂਗੇ ਸੋ ਅਗਰ ਆਪਾਂ ਸੱਚੇ ਪੜੇ ਲਿਖੇ ਆ ਤਾਂ ਆਪਾਂ ਨੂੰ ਜਾਤ ਪਾਤਾਂ ਨੂੰ ਨਹੀਂ ਮੰਨਦਾ ਚਾਹੀਦਾ। ਅਗਰ ਆਪਾਂ ਬਹੁਤ ਜ਼ਿਆਦਾ ਡਿਗਰੀਆਂ ਲਈਆਂ ਹਨ, ਬਹੁਤ ਜ਼ਿਆਦਾ ਪੜ੍ਹੇ ਲਿਖੇ ਆ ਪਰ ਬੱਚਿਓ ਅਗਰ ਫੇਰ ਵੀ ਆਪਾਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਇਆ ਤਾਂ ਆਪਾਂ ਬਿਲਕੁਲ ਅਨਪੜ੍ਹ ਹਾਂ। ਕਿਉਂਕਿ ਗਿਆਨ ਕਦੀ ਨਹੀਂ ਕਹਿੰਦਾ ਕਿ ਜਾਤ ਪਾਤਾਂ ਨੂੰ ਮੰਨੋ। ਠੀਕ ਹੈ। ਸੋ ਆਪਾਂ ਕਿਸੇ ਵੀ ਅੰਧ ਵਿਸ਼ਵਾਸ ਨੂੰ ਔਗਣ ਨੂੰ ਇਹੋ ਜੀਆਂ ਵਿਅਰਥ ਗੱਲਾਂ ਨੂੰ ਕਈ ਜਿਨ੍ਹਾਂ ਦਾ ਕੋਈ ਨਾਂ ਨਹੀਂ ਬਿਲਕੁਲ ਨਿਰਾਰਥਕ ਨਹੀਂ ਕਿਤੇ ਥਾਣੀ ਹੈ ਸਿਰਫ ਔਰ ਸਿਰਫ ਜੋ ਲੋਕ ਨੇ ਵਿਅਰਥ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦਾ ਸਥਾਨ ਹੈ ਉਸ ਗੱਲ ਨੂੰ ਆਪਾਂ ਕਦੀ ਵੀ ਨਹੀਂ ਮੰਨਾਂਗੇ ਸਗੋਂ ਇੱਕ ਬਹੁਤ ਚੰਗੇ ਇਨਸਾਨ ਬਣਾਂਗੇ ਜਾਤਾਂ ਔਰ ਪਾਤਾਂ ਤੋਂ ਦੂਰ ਰਹਾਂਗੇ ਸੋ ਹੁਣ ਅੱਗੇ ਕੱਲ ਅਭਿਆਸ ਦੀ ਆਪਾਂ ਅਭਿਆਸ ਕਰਦੇ ਹਾਂ ਸਭ ਤੋਂ ਪਹਿਲਾ ਜੋ ਪ੍ਰਸ਼ਨ ਹੈ ਕਬੀਰ ਜੀ ਦੇ ਪੈਦਾ ਹੋਣ ਸਮੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦਾ ਜੀਵਨ ਕਿਹੋ ਜਿਹਾ ਸੀ ਸੋ ਬੱਚਿਓ ਆਪਾਂ ਕਦੀ ਵੀ ਕੋਈ ਵੀ ਜੋ ਗਾਈਡ ਹੈ ਉਸ ਦੇ ਵਰਤੋਂ ਨਹੀਂ ਕਰਨੀ ਕਿਉਂਕਿ ਜੋ ਪ੍ਰਸ਼ਨਾਂ ਦੀ ਵੰਡ ਹੈ ਨਾ ਉਹ ਤੁਹਾਡੇ ਪਾਠ ਦੇ ਹਿਸਾਬ ਨਾਲ ਕੀਤੀ ਗਈ ਹੈ ਠੀਕ ਹੈ ਨਾ ਜਿਸ ਤਿਸ ਤਰ੍ਹਾਂ ਪਾਠ ਚੱਲਦਾ ਹੈ ਉਸ ਤਰ੍ਹਾਂ ਪ੍ਰੈਸ਼ਨ ਆਉਂਦੇ ਨੇ ਤੇ ਉੱਤਰ ਲੱਭਣ ਦੇ ਵਿੱਚ ਆਪਾਂ ਨੂੰ ਕੋਈ ਵੀ ਤਕਲੀਫ ਨਹੀਂ ਹੋਣੀ ਚਾਹੀਦੀ ਬੱਚਿਓ ਨਹੀਂ ਹੁੰਦੀ ਦੇਖੋ ਆਪਾਂ ਦੇਖਦੇ ਆਂ ਵੀ ਕਿਹੋ ਜਿਹਾ ਸ਼ਲੋਕ ਹੁੰਦਾ ਸੀ ਇਹ ਗੱਲ ਬਿਲਕੁਲ ਉੱਪਰ ਦਿੱਤੀ ਹੋਈ ਹੈ ਠੀਕ ਹੈ ਨਾ ਕਿ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਬੜੀ ਹੀ ਨਮੋਸ਼ੀ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀ ਇਹ ਸਿਰਫ ਇੰਨਾ ਲਿਖਿਆ ਪਰ ਇਸ ਤੋਂ ਇਲਾਵਾ ਆਪਾਂ ਹੋਰ ਬਹੁਤ ਕੁਝ ਲਿਖ ਸਕਦੇ ਆ ਆਪਣੀ ਸਮਝ ਦੇ ਅਨੁਸਾਰ ਠੀਕ ਹੈ ਨਾ ਬੱਚੋ ਵੱਧ ਤੋਂ ਵੱਧ ਲਿਖਣਾ ਹੀ ਪੰਜਾਬੀ ਵਿਸ਼ੇ ਦੀ ਮਹਾਨਤਾ ਹੈ ਗਿਆਨ ਪ੍ਰਾਪਤ ਕਰਨ ਲਈ ਕਬੀਰ ਜੀ ਨੇ ਆਪਣਾ ਗੁਰੂ ਕਿਸ ਨੂੰ ਬਣਾਇਆ ਅਤੇ ਕਿਉਂ ਇਹ ਵੀ ਦੇਖੋ ਅੱਗੇ ਹੀ ਦਿੱਤਾ ਗਿਆ ਹੈ ਠੀਕ ਹੈ ਨਾ ਉਸ ਤੋਂ ਬਾਅਦ ਕਿ ਜੋ ਰਾਮਾਨੰਦ ਜੀ ਸਨ ਉਹ ਕਿੰਨਾ ਤੋਂ ਸਿੱਖਿਆ ਲੈਣੀ ਚਾਹੁੰਦੇ ਸਨ ਠੀਕ ਹੈ ਨਾ ਇਨਾਂ ਨੂੰ ਆਪਣਾ ਗੁਰੂ ਮੰਨਣਾ ਚਾਹੁੰਦੇ ਸਨ ਪੰਡਿਤ ਰਾਮਾਨੰਦ ਜੀ ਨੂੰ ਜੋ ਕਿ ਬਹੁਤ ਵੱਡੇ ਵਿਦਵਾਨ ਸਨ ਠੀਕ ਹੈ ਨਾ ਉਹ ਜਾਤ ਪਾਤ ਨੂੰ ਖਤਮ ਕਰਨ ਦਾ ਪ੍ਰਚਾਰ ਵੀ ਕਰਦੇ ਸਨ ਜਦੋਂ ਕਬੀਰ ਜੀ ਨੇ ਉਹਨਾਂ ਕੋਲੋਂ ਸਿੱਖਿਆ ਲੈਣੀ ਚਾਹੀ ਤਾਂ ਉਹ ਵੀ ਕਬੀਰ ਜੀ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰ ਗਏ ਅਖੀਰ ਕਬੀਰ ਜੀ ਨੇ ਸਿੱਖਿਆ ਪ੍ਰਾਪਤ ਕਰਨ ਦਾ ਅਨੋਖਾ ਰਾਹ ਲੱਭਿਆ ਕਿਹੜਾ ਰਾਹ ਸੀ ਠੀਕ ਹੈ ਨਾ ਆਪਾਂ ਦੇਖਦੇ ਹਾਂ ਵੀ ਉਹ ਰਾਸੀ ਕਿਉ ਹੋ ਜਦੋਂ ਸਵੇਰੇ ਇਸ਼ਨਾਨ ਕਰਨ ਗਏ ਤਾਂ ਉਹਨਾਂ ਨੂੰ ਮੱਥਾ ਟੇਕਣ ਲੱਗੇ ਉਹ ਤਾਂ ਰਾਮਾਨੰਦ ਜੀ ਨੇ ਕਿਹਾ ਵੀ ਰਾਮ ਆਖੋ ਵੀ ਰਾਮ ਆਪਨ ਕਹੋ ਬੱਚਿਓ ਕੌਣ ਹੋ ਤੁਸੀਂ ਠੀਕ ਹੈ ਸੋ ਫਿਰ ਉਸ ਤਰ੍ਹਾਂ ਹੀ ਕਬੀਰ ਜੀ ਨੇ ਕੀਤਾ ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਕਬੀਰ ਜੀ ਅਨੁਸਾਰ ਸੂਰਮਾ ਕੌਣ ਹੁੰਦਾ ਹੈ ਠੀਕ ਹੈ ਨਾ ਤੇ ਇਹ ਵੀ ਬੱਚਿਓ ਅੱਗੇ ਆਏਗਾ ਵੀ ਕਬੀਰ ਜੀ ਅਨੁਸਾਰ ਸੂਰਮਾ ਚੰਗੇ ਅਸੂਲ ਵਾਲਾ ਇਨਸਾਨ ਹੁੰਦਾ ਏ ਠੀਕ ਹੈ ਨਾ ਜੋ ਆਪਣੀ ਸੱਚਾਈ ਦੇ ਰਸਤੇ ਤੇ ਚੱਲਦਾ ਏ ਆਪਣੀ ਜਾਨ ਵਾਰ ਦਿੰਦਾ ਏ ਆਪਣੇ ਫਰਜ਼ ਲਈ ਠੀਕ ਹੈ ਨਾ ਪਰ ਉਹ ਪਿੱਛੇ ਨਹੀਂ ਹਟਦਾ ਚੰਗੇ ਕੰਮ ਕਰਦਾ ਏ ਸਾਰਾ ਕੁਝ ਬੱਚੇ ਆਪਾਂ ਲਿਖ ਸਕਦੇ ਆ ਠੀਕ ਹੈ ਨਾ ਤੇ ਜੋ ਬੁਰਾਈ ਦਾ ਖਾਤਮਾ ਕਰਦਾ ਹੈ ਉਹ ਸੂਰਮਾ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਇਸ ਪਾਠ ਅਨੁਸਾਰ ਭਗਤ ਕਬੀਰ ਜੀ ਨੇ ਕੀ ਸਿੱਖਿਆ ਦਿੱਤੀ ਹੈ ਬੱਚੋ ਕਿਹੜੀ-ਕਿਹੜੀ ਸਿੱਖਿਆ ਆਪਾਂ ਬੁੱਕ ਦੇ ਵਿੱਚ ਨਹੀਂ ਜਾਣਾ ਕਿਤਾਬ ਦੇ ਵਿੱਚ ਨਹੀਂ ਜਾਣਾ ਕਿਸੇ ਗਾਈਡ ਦੇ ਵਿੱਚ ਨਹੀਂ ਜਾਣਾ ਆਪਾਂ ਸਾਰਾ ਪਾਠ ਚੰਗੀ ਤਰ੍ਹਾਂ ਸੁਣਿਆ ਤੇ ਸੁਣ ਕੇ ਆਪਾਂ ਨੂੰ ਇਹ ਪਤਾ ਲੱਗਿਆ ਕਿ ਉਹ ਕਹਿੰਦੇ ਨੇ ਕਿ ਆਪਾਂ ਨੂੰ ਜਾਤ ਪਾਤ ਦੇ ਵਿੱਚ ਯਕੀਨ ਨਹੀਂ ਕਰਨਾ ਚਾਹੀਦਾ ਹਮੇਸ਼ਾ ਰੱਬ ਦਾ ਸਿਮਰਨ ਕਰਨਾ ਚਾਹੀਦਾ ਹੈ ਸੱਚਾਈ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਨੇਕੀ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ ਚੰਗੇ ਕੰਮ ਕਰਨੇ ਚਾਹੀਦੇ ਹਨ ਆਪਣੇ ਜੋ ਇੱਕ ਅਸੂਲ ਨੇ ਉਹਨਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਆਪਣਾ ਦ੍ਰਿੜ ਨਿਸ਼ਚਾ ਕਰਨਾ ਚਾਹੀਦਾ ਹੈ ਠੀਕ ਹੈ ਨਾ ਸਭ ਦੀ ਮਦਦ ਕਰਨੀ ਚਾਹੀਦੀ ਹੈ ਅੰਧ ਵਿਸ਼ਵਾਸ ਨੇ ਉਹਨਾਂ ਨੂੰ ਨਹੀਂ ਮੰਨਣਾ ਚਾਹੀਦਾ ਮਤਲਬ ਜਿਵੇਂ ਸੀ ਨਾ ਵੀ ਇੱਕ ਪਾਸੇ ਜੋ ਇਨਸਾਨ ਜਿੱਥੇ ਮਰਦਾ ਉਹ ਨਰਕ ਨੂੰ ਜਾਂਦਾ ਇੱਕ ਪਾਸੇ ਸਵਰਗ ਨੂੰ ਜਾਂਦਾ ਪਰ ਉਹ ਕਹਿੰਦੇ ਸੀ ਨਹੀਂ ਅੰਧ ਵਿਸ਼ਵਾਸਾਂ ਨੂੰ ਨਹੀਂ ਮੰਨਣਾ ਜਿੰਨੇ ਵੀ ਬੱਚੋ ਮਹਾਨ ਲੋਕ ਹੋਏ ਨੇ ਉਹ ਕਦੇ ਵੀ ਅੰਧ ਵਿਸ਼ਵਾਸਾਂ ਨੂੰ ਨਹੀਂ ਮੰਨਦੇ ਠੀਕ ਹੈ ਨਾ ਸੋ ਆਪਾਂ ਨੂੰ ਵੀ ਇਸ ਤਰ੍ਹਾਂ ਦੇ ਅੰਧਵਿਸ਼ਵਾਸਾਂ ਨੂੰ ਨਹੀਂ ਮੰਨਣਾ ਚਾਹੀਦਾ ਬੱਚੋ ਜੇ ਕੋਈ ਅੰਧਵਿਸ਼ਵਾਸ ਦਿਖਾਉਂਦਾ ਵੀ ਹੈ ਨਾ ਆਪਾਂ ਨੂੰ ਰੋਕਣਾ ਚਾਹੀਦਾ ਹੈ ਠੀਕ ਹੈ ਨਾ ਅੱਗੇ ਆਗੇ ਪਿਆਰੇ ਬੱਚੋ ਖਾਲੀ ਥਾਵਾਂ ਕਬੀਰ ਜੀ ਦੇ ਮਾਤਾ ਪਿਤਾ ਡੈਸ਼ ਪੁੰਨ ਦਾ ਕੰਮ ਕਰਦੇ ਸਨ ਬੁਣਿਆ ਕੀ ਜਾਂਦਾ ਬੱਚੋ ਅਗਰ ਤੁਸੀਂ ਨਹੀਂ ਕਿਤਾਬ ਦੇਖਣੀ ਆਪਾਂ ਦੇਖਦੇ ਆ ਵੀ ਕੱਪੜਾ ਬੁਣ ਸਕਦੇ ਆਪਾਂ ਠੀਕ ਹੈ ਨਾ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਕਾਸ਼ੀ ਵਿੱਚ ਪੰਡਿਤ ਡੈਸ਼ ਬੜੇ ਵੱਡੇ ਵਿਦਵਾਨ ਸਨ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਸੀ ਰਾਮਾਨੰਦ ਜੀ ਤੇ ਉਠ ਪਾਈ RAM ਆਖੋ ਠੀਕ ਹੈ ਨਾ ਆ ਰਾਮਾਨੰਦ ਜੀ ਕਬੀਰ ਜੀ ਦੀ ਡੈਸ਼ ਤੇ ਡੈਸ਼ ਤੋਂ ਬਹੁਤ ਪ੍ਰਭਾਵਿਤ ਹੋਏ ਇਹ ਆਪਾਂ ਦੇਖਿਆ ਵੀ ਜਦੋਂ ਉਹ ਦੇਖਦੇ ਸਨ ਕਿ ਉਹ ਵੀ ਬਹੁਤ ਸੱਚੇ ਇਨਸਾਨ ਨੇ ਲਗਨ ਤੇ ਸ਼ਰਧਾ ਦਿਖਾਉਂਦੇ ਸਨ ਇਸ ਤਰ੍ਹਾਂ ਉਹ ਲਗਨ ਤੇ ਸ਼ਰਧਾ ਤੋਂ ਪ੍ਰਭਾਵਿਤ ਹੋਏ ਸਨ ਕਬੀਰ ਜੀ ਨੇ ਹਮੇਸ਼ਾ ਹੀ ਨੇਕੀ ਕਰਨੀ ਅਤੇ ਰੱਬ ਵਿੱਚ ਭਰੋਸਾ ਰੱਖਣ ਦਾ ਉਪਦੇਸ਼ ਦਿੱਤਾ ਹੈ ਸੋ ਬੱਚਿਓ ਅੱਗੇ ਆ ਕੇ ਆਪਣੇ ਵਾਕਾਂ ਵਿੱਚ ਵਰਤੋ ਠੀਕ ਹੈ ਨਾ ਬੱਚਿਓ ਆਪਾਂ ਨੂੰ ਸ਼ਬਦ ਦਿੱਤੇ ਗਏ ਨੇ ਹੇਠਾਂ ਤੇ ਉਹਨਾਂ ਨੂੰ ਆਪਾਂ ਪੂਰੇ ਦਾ ਪੂਰਾ ਵਾਕ ਬਣਾਉਣਾ ਹੈ ਸ਼ਬਦ ਛੋਟਾ ਹੁੰਦਾ ਜਿਵੇਂ ਕਿ ਗਿਆਨ ਠੀਕ ਹੈ ਨਾ ਬੱਚਿਓ ਤੇ ਵਾਕ ਕੀ ਹੁੰਦਾ ਹੈ ਜਿਵੇਂ ਆਪਾਂ ਕੋਈ ਗੱਲ ਕਰਦੇ ਆਂ ਆਪਾਂ ਗੱਲ ਖਤਮ ਹੋ ਜਾਂਦੀ ਹੈ ਨਾ ਆਪਣੀ ਜਿਵੇਂ ਹੁਣ ਗਿਆਨ ਗਿਆਨ ਕੀ ਹੈ ਇੱਕ ਸ਼ਬਦ ਹੈ ਤੇ ਹੁਣ ਆਪਾਂ ਇੱਕ ਵਾਕ ਬਣਾਓ ਪੂਰੀ ਦੀ ਪੂਰੀ ਗੱਲ ਬਣਾਓ ਗਿਆਨ ਆਪਾਂ ਕੀ ਕਹਾਂਗੇ ਵੀ ਕਬੀਰ ਜੀ ਦੀਆਂ ਗੱਲਾਂ ਵਿਚਾਰ ਸਾਨੂੰ ਬਹੁਤ ਗਿਆਨ ਦਿੰਦੇ ਹਨ ਠੀਕ ਹੈ ਬੱਚਿਓ ਵਾਕ ਬਣ ਗਿਆ ਹੁਣ ਅੱਗੇ ਇੱਕ ਸ਼ਬਦ ਦਿੱਤਾ ਹੈ ਸੂਰਮਾ ਠੀਕ ਹੈ ਤੇ ਸੂਰਮੇ ਨੂੰ ਆਪਾਂ ਇੱਕ ਪੂਰਾ ਦਾ ਪੂਰਾ ਵਾਕ ਬਣਾ ਸਕਦੇ ਆਂ ਆਪਾਂ ਕਹਾਂਗੇ ਕਬੀਰ ਜੀ ਆਖਦੇ ਹਨ ਕਿ ਸੂਰਮੇ ਉਹ ਹੁੰਦੇ ਹਨ ਜੋ ਹਮੇਸ਼ਾ ਮਤਲਬ ਸੱਚਾਈ ਦਾ ਸਾਥ ਦਿੰਦੇ ਹਨ ਵਿਦਵਾਨ ਠੀਕ ਹੈ ਆਪਾਂ ਕਹਾਂਗੇ ਕਬੀਰ ਜੀ ਬਹੁਤ ਵੱਡੇ ਵਿਦਵਾਨ ਸਨ ਜੈ ਕਹਿ ਸਕਦੇ ਆਪਾਂ ਵੀ ਕਾਸ਼ੀ ਵਿੱਚ ਠੀਕ ਹੈ ਨਾ ਰਾਮਾਨੰਦ ਜੀ ਬਹੁਤ ਵੱਡੇ ਵਿਦਵਾਨ ਹੋਏ ਸ਼ਗird ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ شاਗਿਰਦ ਮਤਲਬ ਚੇਲਾ ਮੰਨ ਲਿਆ ਉਪਦੇਸ਼ ਉਪਦੇਸ਼ ਕੀ ਹੁੰਦੀਆਂ ਨੇ ਚੰਗੀਆਂ ਗੱਲਾਂ ਠੀਕ ਹੈ ਨਾ ਸੋ ਆਪਾਂ ਕਹਾਂਗੇ ਵੀ ਸਾਨੂੰ ਹਮੇਸ਼ਾ ਕਬੀਰ ਜੀ ਦੇ ਉਪਦੇਸ਼ਾਂ ਦੇ ਉੱਪਰ ਚੱਲਣਾ ਚਾਹੀਦਾ ਹੈ ਸੋ ਬੱਚਿਓ ਅੱਗੇ-ਅਗੇ ਆਪਣੇ ਔਖੇ ਸ਼ਬਦਾਂ ਦੇ ਅਰਥ ਕੁਝ ਸ਼ਬਦ ਤੁਹਾਨੂੰ ਉੱਪਰ ਔਖੇ ਲੱਗੇ ਹੋਣ ਆ ਤੇ ਉਹਨਾਂ ਦੇ ਅਰਥ ਦੇਖਦੇ ਆਪਾਂ ਨਮੋਸ਼ੀ ਨਿਰਾਤਰੀ ਹਨਾ ਮਤਲਬ ਨਮੋਸ਼ੀ ਦਾ ਜਦੋਂ ਆਪਾਂ ਕਹਿੰਦੇ ਸਾਹਮਣਾ ਕਰਨਾ ਪੈਂਦਾ ਨਿਰਾਦਰ ਜਦੋਂ ਬੰਦਾ ਹੁੰਦਾ ਹੈ ਬਦਨਾਮੀ ਨਿੰਦਿਆ ਲਾਲਸਾ ਇੱਛਾ ਚਾਹਤ ਕਾਮਨਾ ਅਨੋਖਾ ਅਜੀਬ ਲਗਨ ਸ਼ੌਕ ਰੁਚੀ ਲੇਫ ਸ਼ਰਧਾ ਭਰੋਸਾ ਵਿਸ਼ਵਾਸ ਵੱਡੇ ਦੇ ਪ੍ਰਤੀ ਮਨ ਵਿੱਚ ਪੈਦਾ ਹੋਣ ਵਾਲਾ ਆਦਰ ਕਿਰਤ ਕੰਮ ਕਾਜ ਈਸ਼ਾ ਗ੍ਰਿਡ ਕੀ ਹੁੰਦਾ ਪੱਕਾ ਰਹਿਨੁਮਾਈ ਰਸਤਾ ਦਿਖਾਉਣ ਵਾਲਾ ਰਹਿਨੁਮਾਈ ਕੌਣ ਹੁੰਦਾ ਰੈਬਰ ਕੌਣ ਹੁੰਦਾ ਬੱਚੋ ਜੋ ਸਾਨੂੰ ਰਸਤਾ ਦਿਖਾਉਂਦਾ ਹੈ ਸੋ ਬੱਚਿਓ ਆਪਾਂ ਹੁਣ ਪਾਠ ਪੜਿਆ ਏ ਸੁਣਿਆ ਏ ਵਧੀਆ ਲੱਗਿਆ ਏ ਪ੍ਰਸ਼ਨ ਉੱਤਰ ਵੀ ਕਰ ਲਏ ਤੇ ਆਪਾਂ ਖਾਲੀ ਥਾਵਾਂ ਵੀ ਕਰ ਲਈਆਂ ਵਾਕਾਂ ਵਿੱਚ ਵਰਤੋਂ ਵੀ ਕਰ ਲਈ ਠੀਕ ਹੈ ਔਕੇ ਸ਼ਬਦਾਂ ਦੇ ਅਰਥ ਵੀ ਕਰ ਲਈ ਤੇ ਮੈਨੂੰ ਆਸ ਹੈ ਕਿ ਪਿਆਰੇ ਪਿਆਰੇ ਬੱਚਿਆਂ ਨੂੰ ਸਭ ਕੁਝ ਸਾਰਾ ਸਾਰਾ ਚੰਗੇ ਚੰਗੀ ਤਰ੍ਹਾਂ ਸਮਝ ਆ ਗਿਆ ਬੱਚੋ ਸੋ ਮੇਰੇ ਪਿਆਰੇ ਪਿਆਰੇ ਬੱਚਿਓ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ